7 YouTube ਪਾੜ ਕੇ ਰੱਖ ਦਈ ਅਗਲੇ ਨੇ ਇਹ ਮਨੀ ਏਰੀਆ ਪੈਂਦੀ ਆ ਧੱਕ ਜੇ ਪਾਸ ਵਾਲਿਆਂ ਦੀ ਬਿੱਲੀ ਚਿੰਟੂ ਕੈਂਡੀ ਹਨਾ ਉਹ ਪ੍ਰਾਪਰਟੀ ਲੈ ਲਈ ਪ੍ਰਾਪਰਟੀ ਹੈ ਬੋਲ ਅੱਜ ਤੋਂ ਬੋਲ ਜਲਦੀ ਟਾਈਮ ਐਂਡ ਹੈਲੋ ਗਾਇਸ ਹੈਲੋ ਗਾਇਸ ਵੈਲਕਮ ਟੂ ਡੂਬਰੋ ਚੈਨਲ ਵੈਲਕਮ ਟੂ ਡੂਬਰੋ ਚੈਨਲ ਨੈਕਸਟ ਬੋਲ ਨਾ ਅੱਗੇ ਮੁੱਤ ਕੀ ਕਰਨਾ ਹਾਂ ਅੱਗੇ ਵੀ ਬੋਲਣਾ ਹੁੰਦਾ ਅੱਜ ਦਾ ਬਲੌਗ ਸਟਾਰਟ ਕਰਨ ਜਾ ਰਹੇ ਆ ਬੜਾ ਧੱਕੇ ਨਾਲ ਸਟਾਰਟ ਕਰਵਾਇਆ ਮੈਂ ਕਿਹਾ ਜੀ ਬਣਾਉਂਦੇ ਆ ਮੈਨੂੰ ਗਾਲਾਂ ਕੱਢਦਾ ਹੁੰਦਾ ਵੈਸੇ ਸੌਸਤਾ ਸੀ ਬਾਰੇ ਤੇ ਮੈਂ ਕਿਹਾ ਬਣਾਉਂਦੇ ਆ ਤੇ ਸਟਾਰਟ ਕਰ ਲਿਆ ਕੁਛ ਨਹੀਂ ਹੈਗਾ ਸਾਡੇ ਕੋਲ ਕਰਨ ਨੂੰ ਅੱਜ ਕੁਛ ਨਹੀਂ ਤੇ ਫਿਰ ਵੀ ਜਿਹੜਾ ਕੁਛ ਕਰਾਂਗੇ ਉਹਦਾ ਬਲੌਗ ਬਣਾਵਾਂਗੇ ਥੋੜੀ ਹਾਜ਼ਰੀ ਅੱਜ ਹਾਂ ਥੋੜੀ ਗਰੋ ਅਪ ਦਾੜੀ ਸ਼ਾੜੀ ਕਟਾਵਾਂਗੇ ਮੂੰਹ ਮੰਗ ਬਣਾਵਾਂਗੇ ਅੱਜ ਜਾਇਜ਼ ਹੈਗੇ ਆ ਉਹ ਜੀ ਹੈ ਕਿ ਨਹੀਂ ਹੁਣ ਅਸੀਂ ਜਾ ਰਹੇ ਹਾਂ ਥੋੜਾ ਜਿਹਾ ਕੰਮ ਇੱਕ ਮੀਟਿੰਗ ਆ ਮੀਟਿੰਗ ਵਿੱਚ ਬਹਿ ਕੇ ਬੰਦੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਫ੍ਰੀ ਹੋ ਕੇ ਫਿਰ ਘਰੇ ਵਾਪਸੀ ਤੋਂ ਬਾਅਦ ਹਾਂ ਸੱਤ ਜੋਬ ਲਈ ਜਾਣਾ ਸਲੋ ਜਾਣਾ ਵੀ ਬਹੁਤ ਟਾਈਮ ਬਾਅਦ ਹਾਂ ਮੈਂ ਜਾਣਾ ਬਹੁਤ ਟਾਈਮ ਬਾਅਦ ਆ ਉੱਥੇ ਹੀ ਗਰੂਮਿੰਗ ਸ਼ਰੂਮਿੰਗ ਕਰਾਉਣੀ ਆ ਕਟਿੰਗ ਸ਼ਟਿੰਗ ਕਰਾ ਲਾਂਗੇ ਹਨਾ ਤੇ ਹੋਰ ਉਸ ਤੋਂ ਬਾਅਦ ਕੀ ਪਲਾਨ ਆ ਉਸ ਤੋਂ ਬਾਅਦ ਸ਼ਾਇਦ ਹਸਪੀਟਲ ਹਾਂ ਫਿਰ ਹਸਪੀਟਲ ਜਾਵਾਂਗੇ ਇਹਦਾ ਕੋਈ ਚੈੱਕਅਪ ਆ ਤੇ अपने ड्यूटी यार अखा चो पानी आ गया यार अखा चो पानी मतलब ओनू एक खुशी भी सी कि जट का गाना आया ਤੇ ਮਤਲਬ ਥੋੜਾ ਗਮ ਵੀ ਸੀਗਾ ਕਿ ਯਾਰ ਉਹ ਸਾਡੇ ਵਿੱਚ ਹੈ ਨਹੀਂਗਾ ਅੱਜ ਯਾਰ ਪਤਾ ਨਹੀਂ ਕੀ ਲੈ ਗਿਆ ਕੱਢ ਗਿਆ ਨਾ ਬਾਈ ਦਲ ਚੋਂ ਤਬਾਹੀ ਸੀਗਾ ਵੱਡਾ ਭਰਾ ਲੱਗਦਾ ਸੀ ਛੋਟਾ ਭਰਾ ਲੱਗਦਾ ਸੀ ਇੰਦਾ ਸੀ ਕੋਈ ਰਿਸ਼ਤਾ ਜਿਵੇਂ ਲੱਗਦਾ ਉਹਦਾ ਲੇਕਿਨ ਚਲੋ ਉਹ ਵੈਸੇ ਨਾਂ ਤਾਂ ਵਧੀਆ ਦੇ ਗਿਆ ਆਪਦੇ ਪਹਿਲਾਂ ਉਹ ਲੀਲੀ ਬਿੱਲੀ ਚਿੰਟੂ ਕੈਂਡੀ ਹਨਾ ਉਹ ਵਿਚਾਰੀਆਂ ਯਾਰ ਤੰਦਰੁਸਤ ਰਹਿਣ ਉਹ ਵੀ ਠੀਕ ਆ ਕਿ ਚਲੋ ਕੋਈ ਗੱਲ ਨਹੀਂ ਲੇਕਿਨ ਅੰਦਰ ਹੀ ਰਹਿਣ ਹਨਾ सिंगर नहीं सी भाई ओहदा कुछ होर चीज सी सिंगरां तों उत्तों दी चीज सी ओह हैं सही गल है असीं 90 दे जवाक आ 90 दा साडा बर्थ बुर्थ जां चलदे आउंदे आ असीं आपां जिन्ने भी जनरेशन आ ਹੁਣ ਤੱਕ ਆਹ ਜਨਾਨੀਆਂ ਇਹਦੇ ਗਾਣੇ ਸੁਣੇ ਆ ਤੂੰ ਮੈਨੂੰ ਛੱਡ ਗਈ ਮੈਂ ਤੈਨੂੰ ਛੱਡ ਗਿਆ ਦਿਲ ਦੇ ਹਨਾ ਇਦਾਂ ਉਦਾਂ ਜੱਟ ਦੱਸ ਗਿਆ ਬਈ ਤੁਸੀਂ ਕਿਵੇਂ ਕਿਹੜੇ ਗਾਣੇ ਸੁਣਨੇ ਆ ਤੁਸੀਂ ਕੀ ਚੀਜ਼ ਹੋ ਤਾਂ ਪਸੰਦ ਆਇਆ ਉਹ ਵੀ ਦੱਸ ਗਿਆ ਤੁਸੀਂ ਰਹਿਣਾ ਵੀ ਕਿਵੇਂ ਆ ਤੁਸੀਂ ਸੁਣਨਾ ਕੀ ਆ ਹਾਂ ਤੁਸੀਂ ਯਾਰ ਬਾਲਾ ਕਹਿਣ ਸੀ ਸਾਰੀ ਉਹਦੀ ਕੋਈ ਵੀ ਚੀਜ਼ ਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਉਹਦੀ ਇੱਕ ਜਿਹੜੀ ਆਪਦੀ ਇੱਕ ਜਿੱਦ ਸੀਗੀ ਹਨਾ ਉਹਨੂੰ ਆਪਦੇ 'ਤੇ ਇੱਕ ਟਰੱਸਟ ਸੀਗਾ ਵੀ ਮੈਂ ਦੋ ਚੀਜ਼ ਲਿਖਤੀ ਇਹ ਸਹੀ ਆ ਉਹਨੂੰ ਉਹਦੇ ਦੋਸਤਾਂ ਨੇ ਵੀ ਕਿਹਾ ਵੀ ਬਈ ਤੂੰ ਆਹ ਚੀਜ਼ਾਂ ਨਾ ਲਿਖ ਹਨਾ ਨਹੀਂ ਉਹ ਆਂਸਰ ਇਹ ਕਰਦਾ ਰਿਹਾ ਵੀ ਯਾਰ ਤੁਹਾਨੂੰ ਪਤਾ ਨਹੀਂ ਹੈਗਾ ਕਿਹੜੇ ਲੈਵਲ ਦੀ ਚੀਜ਼ ਮੈਂ ਲਿਖੀ ਫਿਰਦਾ ਇੱਦਾਂ ਦਾ ਸੀ ਜੱਟ ਫਿਰ ਰਹਿਣੀ ਬਹਿਣੀ ਉਹਦੀ ਕੋਈ ਉਹਦਾ ਕੋਈ ਕੰਪੇਅਰ ਨਹੀਂ ਮੈਨੂੰ ਕੋਈ ਚੀਜ਼ ਅੱਜ ਮਿਲੇ ਨਾ ਚਾਰ ਪੈਸੇ ਮੈਨੂੰ ਮਿਲਣ कपड़े पाउन दा भी नहीं यार जिहे जिहे सिंपल मिलदे आ पा लो ते रहन सहन दा भी नहीं जिहे जिहे सिंपल लाइफ आ ओहो जिही जीवन हैना लेकिन यार उहनूं कंपेयर करना सौखा नहीं किसे दे मतलब बस दी गेम जट दी बेइज्जती है इहदे विच हां ਇਦਾਂ ਫਿਰ ਇਦਾਂ ਘਰ ਮਜ਼ਾ ਆ ਗਿਆ ਯਾਰ ਕੱਲ ਗਾਲਾਂ ਸੁਣ ਕੇ ਪੂਰਾ ਵਧੀਆ ਮੇਰਾ ਨਾ ਸੱਤ ਕੀ ਲਫ਼ਜ਼ ਗਾਇਆ ਉਹਨੇ ਵਿੱਚ 5 ਦਾ 7 YouTube ਪਾੜ ਕੇ ਰੱਖ ਦਈ ਅਗਲੇ ਨੇ ਚੰਗੀ ਹੋਈ ਹਨਾ ਹੋਰ ਵੀ ਗੱਲਾਂ ਕਰਾਂਗੇ ਸਿੱਧੂ ਮੂਸੇ ਵਾਲੇ ਬਾਰੇ ਯਾਰ ਉਹ ਪੂਰਾ ਦਿਨ ਗੱਲਾਂ ਕਰ ਸਕਦੇ ਆ ਉਹਦੇ ਬਾਰੇ ਪੂਰਾ ਦਿਨ ਇੰਨੀਆਂ ਗੱਲਾਂ ਨੇ ਜੱਟ ਬਾਰੇ ਚੱਲ ਯਾਰ ਉਹਦੇ ਮਾਂ ਪਿਓ ਨੂੰ ਤੰਦਰੁਸਤੀ ਹਨਾ ਬੇਬੇ ਬਾਪੂ ਨੂੰ ਤੰਦਰੁਸਤੀ ਦੇਵੇ ਰੱਬ ਫਿਰ ਦੇ
ओके फिर मिलते हैं नैक्सट पार्ट के बिल असी लेंदे ही नहीं असी बिल की करने असी कड़ा काउंट करना होगा रुपया अन्ना रुपया हाल तक होया नहीं साढ़े को रोजे चलते मेरा रोजा रखा हुआ इन्हें रखना नहीं सीगा मेडिकल इशू रमादान महीना चलता कि 13-14 रोजे हो गए 15 इन्ने के रोजे अकाउंट पता नहीं है 15 रोजा शायद मैं हूँ ही दस दिना एग्जैक्ट शाम नूं भी आपां व्लॉग थोड़ा जिहा शूट करांगे इफ्तार दा ठीक है दसांगे की हिसाब किताब है ना गड्डी च पेट्रोल पवा लिया हुण यार हुणी लंबे रूटां ते क्यों वाधू पेट्रोल हाँ बस अन्ना टैंकी फुल 50 ग्राम दी टैंकी फुल पूरी इत्थे तक किदा पंप ना लवा दा चलो मिलदे आ फिर बस चक्कर होंगे फैद रोड से ना अभी दुकाने जाना कि लेकिन ਉੱਥੇ ਪਹੁੰਚ ਨਹੀਂ ਹੁੰਦੇ ਜਾਣਾ ਉਹ ਜੀ ਵਾਲੀ ਬਿਲਡਿੰਗ ਹੈ ਨਾ ਤੁਹਾਨੂੰ ਦਿਖਾਉਣਾ ਇੱਕ ਮਿੰਟ ਇਹ ਉਹ ਬਿਲਡਿੰਗ ਹੈ ਜੀ ਵਾਲੀ ਅਸੀਂ ਜਾਣਾ ਉੱਥੇ ਆ ਠੀਕ ਆ ਉਹ ਆਹ ਵਾਲੀ ਬਿਲਡਿੰਗ ਹੈ ਜਿਹੜੀ ਉਹ ਕਿੱਥੇ ਆ ਕੈਮਰਾ ਇਹ ਆਹ ਵਾਲੀ ਬਿਲਡਿੰਗ ਹਾਂ ਇਹ ਵਾਲੀ ਅਤੇ ਜਾ ਰਹੇ ਅਸੀਂ ਰੋਡ 'ਤੇ ਪਿਛਲੇ ਐਗਜ਼ਿਟ ਅਸੀਂ ਭੁੱਲ ਗਏ ਹੁਣ ਆਏ ਹਾਂ ਅਸੀਂ ਦੂਸਰੇ ਐਗਜ਼ਿਟ 'ਤੇ ਇੱਥੋਂ ਜਾ ਕੇ ਫਿਰ ਉਹ ਬਿਲਡਿੰਗ ਅਸੀਂ ਜਾ ਕੇ ਆਪਦੀ ਮੀਟਿੰਗ ਕਰਨੀ ਹੈ ਫਿਰ ਉਸ ਤੋਂ ਬਾਅਦ ਅਸੀਂ ਫ੍ਰੀ बिगाटी ਉਹ ਆ ਗਿਆ ਸਟੇਡੀਅਮ ਸਰ ਚਲ ਲਓ ਜੀ ਸਾਡਾ ਸਫ਼ਰ ਹੋ ਗਿਆ ਕੰਪਲੀਟ ਅਸੀਂ ਪਹੁੰਚ ਗਏ ਬਿਲਡਿੰਗ ਦੇ ਨੇੜੇ ਤੁਹਾਨੂੰ ਦਿਖਾਉਣਾ ਮੈਂ ਜਿੱਥੇ ਅਸੀਂ ਪਹੁੰਚਣਾ ਸੀਗਾ ਉੱਥੇ ਅਸੀਂ ਗਏ ਹਾਂ ਪਹੁੰਚ ਹੈ ਕਿ ਨਹੀਂ ਆਹ ਦੇਖੋ ਆਹ ਬਿਲਡਿੰਗ ਆ ਜੇ ਪਾਸ ਵਾਲਿਆਂ ਦੀ ਅਤੇ ਇੱਥੇ ਪਹੁੰਚ ਜਾਣਾ ਅਸੀਂ ਅੰਦਰ ਕਿਉਂ ਪੈਂਦੀ ਆ ਧੱਕ ਜੇ ਪਾਸ ਵਾਲਿਆਂ ਦੀ ਦੁਬਈ 'ਚ ਇਹ ਹੁੰਦਾ ਲੱਕ ਕਦੇ ਚੱਲਦਾ ਅੰਦਰ ਐਂਟਰ ਹੋਏ ਨਾਲ ਹੀ ਪਾਰਕਿੰਗ ਕਿਉਂ ਸਾਡੇ ਲਈ ਖਾਲੀ ਹੋਈ ਸਾਡੇ ਲਈ ਹੋ ਜਾਂਦੀ ਤੇ ਆਪਣੀ ਪਾਰਕਿੰਗ ਕਿਆ ਬਾਤ ਹੈ ਕਿਆ ਬਾਤ ਹੈ ਲਓ ਜੀ ਪਾਰਕਿੰਗ 'ਚ ਆ ਗਏ ਹੁਣ ਅਸੀਂ ਜਾ ਰਹੇ ਹਾਂ ਅੰਦਰ ਉੱਥੇ ਤਾਂ ਸ਼ਾਇਦ ਮਤਲਬ ਬਣਾ ਲਾਂਗੇ ਵੀਡੀਓ ਲੇਕਿਨ ਟਾਕ ਨਹੀਂ ਕਰ ਸਕਦੇ ਹੈ ਨਾ ਥੋੜ੍ਹੀਆਂ ਹੁੰਦੀਆਂ ਮਤਲਬ ਪਾਬੰਦੀਆਂ ਉਹ ਫੋਲੋ ਕਰਨੀਆਂ ਪੈਂਦੀਆਂ ਬਾਬਾਸ ਮੀਟਿੰਗ ਹੋ ਗਈ ਹੈ ਅਤੇ ਬੈਠੇ ਅਸੀਂ ਔਫਿਸ ਦੇ ਵਿੱਚ ਜਦੋਂ ਮੀਟਿੰਗ ਖਤਮ ਹੋ ਗਈ ਫਿਰ ਬਾਹਰ ਲੈ ਕੇ ਤੁਹਾਨੂੰ ਦੱਸਾਂਗੇ ਅਪਡੇਟ ਹੈ ਮੀਟਿੰਗ ਬਾਰੇ ਨਹੀਂ ਜਸਟ ਰੈਂਡਮ ਥਿੰਗਸ ਮੀਟਿੰਗ ਹੋ ਗਈ ਆ ਹੈ ਨਾ ਪ੍ਰੋਪਰਟੀ ਲੈ ਲਈ ਪ੍ਰੋਪਰਟੀ ਹੈ ਫਿਰ ਦੇਖਦੇ ਕੀ ਬਣਦਾ ਹੈ ਨਾ ਏਰੀਆ ਵਧੀਆ ਹੈ ਨਾ ਏਰੀਆ ਵਧੀਆ ਹਾਂ ਅਤੇ ਹੁਣ ਨੈਕਸਟ ਪ੍ਰੋਗਰਾਮ ਕੀ ਹੈ ਬਾਕੀ ਡਬਲ ਵਾਲੀ ਚੱਲੀ ਹੈ ਮੈਨੂੰ ਹੱਥ ਥੱਲੇ ਕਰਨ ਨਹੀਂ ਕਹਿਣਾ ਮੈਂ ਗੁੱਸਾ ਕਰ ਜਾਂਦਾ ਹੁਣ ਰਿਵਰਸ ਕਰ ਰਿਹਾ ਬੰਦਾ ਗੱਡੀ ਪਾਰਕਿੰਗ 'ਚੋਂ ਠੀਕ ਹੈ ਅਤੇ ਗੱਲ ਹੈਗੀ ਇੱਦਾਂ ਮਿੱਤਰੋ
काम अपना इतने खत्म हो गया जड़ी गल नू आए सी अलहमदुल्ला वो अच्छी हो गई वधिया है ना घेंट वाली ते क्यों स्लिम है हाँ भाई हम अगे दी देखांगे फरदर सारिया गल्लां नहीं दसी जांदियां वीडियो ते है सीक्रेट भी होंदा कोई चीज ते हुण चलदे अगे फरदर की आपां काम करना हुण तां वैसे असीं जा रहे जबल अली सलून ते उत्थे जाके मिलदे आ तुहानूं सारिआं नूं ठीक आ मतलब तुहानूं सारिआं नूं की पांच सत्त बंदे ही देते सानू ज्यादा देखते नहीं इन्हों तो परे रखा करो तो बहुत दूर थी कट दे तो। क्योंकि इतले पासे मैं बैठा मेनू डर लगता मेनू डर लगता लुक ते नहीं जाना किद्दां दा दहदा की है ना हुण आ गए जबल अली जबल अली मुंडिआं नूं मिलदे आ साग ताब लैंदे आ पैसे कट्ठे करदे आ ते जांदे आ इत्थों ठीक है आ खड़ा सान जट ये हैगा अपना सलून जबल अली जी है कि नहीं ते दरवाजे ते जट दी फोटो लाई वधिया तरीके नाल है जो अंदर वड़ते हैं तो मत्थे लगता जट सा सारे काम फिर घेंट ही होंगे जाते फिर लिया खत्म काम काम खत्म ठीक है तो हम फिर चलते हैं घरे है? इफ्तारी करवा मेरे तो रखा नहीं इफ्तार का टाइम होने वाला ना हाले दो बजे है तीन बज गए तीन घंटा जान लग जाना छे बज गए 38 ते सार गया चल काम साढ़े मुक गया मतलब मुके नहीं रह गया हाले शाम नूं देखांगे थोड़े बाल बूल जे कटाने सी मुंडे बिजी सी अपने तां करके टाइम मतलब कानू कटवाए नहीं ਹੁਣ ਚੱਲੇ ਅਸੀਂ ਘਰੇ ਵਾਪਸ 4 ਵਜੇ ਚੱਲੇ ਆ ਕਿੰਨੇ ਵਜੇ ਨਿਕਲੇ ਸੀ ਆਪਾਂ 11:30 ਵਜੇ ਨਿਕਲੇ ਸੀ ਤੇ 4 ਵਜੇ ਚੱਲੇ ਆ ਘਰੇ ਜਾਵਾਂਗੇ ਮੈਂ ਤਾਂ ਰੈਸਟ ਕਰੂੰਗਾ ਇਹਦਾ ਪਤਾ ਨਹੀਂ 6 ਵਜੇ ਉੱਠਾਂਗੇ ਇਫਤਾਰੀ ਦੀ ਆਪਾਂ ਕਰਾਂਗੇ ਤਿਆਰੀ ਆਪਾਂ ਕਾਹਦੀ ਕਰਨੀ ਮੈਂ ਤਾਂ ਉੱਠ ਕੇ ਸਰ ਬਹਿਣਾ ਹੀ ਹੁੰਦਾ ਦਸਤਰਖਾਨ ਕਹੋ ਸੁਣੀ ਮੈਂ ਮਿਲਦੇ ਆ ਤੁਹਾਨੂੰ ਸ਼ਾਮ ਨੂੰ ਬਾਏ ਬਾਏ ਘਰੇ ਆ ਗਏ ਬਾਈ ਦਾ ਗਾਣਾ ਸੁਣਦੇ ਪਏ ਆ 2 ਘੰਟੇ ਹੁਣ ਰੈਸਟ ਕਰੂੰਗਾ ਸੌਂਗਾ ਸਲੀਮ ਜਾਊਗਾ ਆਪਦਾ ਕਿਤੇ ਵੀ ਮਰਜ਼ੀ ਬਾਏ ਬਾਏ ਸ਼ਾਮ ਨੂੰ ਮਿਲਦੇ ਆ ਇਫਤਾਰ ਦੇ ਟਾਈਮ ਕੀ ਕਰਦਾ ਬਾਈ ਮੈਂ ਕਰਦਾ ਖੋਪਾ ਗਿਰੀ ਏ ਖੋਪਾ ਏ ਲਿਆਂਦਾ ਸੀ ਪਾਣੀ ਤਾਂ ਪੀ ਲਿਆ ਜਿਹੜਾ ਸਾਨੂੰ ਸੌਖਾ ਸੀ ਪੀਣਾ ਹੁਣ ਗਿਰੀ ਕੱਢ ਰਿਹਾ ਖੋਪਾ ਗਿਰੀ ਫਿਰ ਇਹਦਾ ਕੀ ਕਰਾਂਗੇ ਖਾਵਾਂਗੇ ਬਾਈ ਇਹਨੂੰ ਹੋਰ ਕੀ ਕਰਨਾ ਉਹ ਜਿਹੜੀ ਆਪਾਂ ਖਾਂਦੇ ਹੁੰਦੇ ਸੀਗੇ ਉੱਥੋਂ ਲੈ ਕੇ ਖੋਪਾ ਗਿਰੀ 2 ਰੁਪਏ ਦੀ ਹੋ ਜਾਂਦੀ ਆ ਚੱਕ ਕੇ ਨਹਿਰ ਤੋਂ ਜਿੰਦਾ ਰੋਜ਼ਾ ਖੋਲ ਲਿਆ ਤੂੰ ਮੈਂ ਰੱਖਿਆ ਹੀ ਨਹੀਂ ਕਿਉਂ ਤੂੰ ਕਿਹਾ ਲੱਗੇ ਹਾਂ ਜਦੋਂ ਆਪਾਂ ਦੁਪਹਿਰੇ ਤੁਹਾਡੇ ਨਾਲ ਗੱਲ ਕੀਤੀ ਸਾਰਿਆਂ ਨਾਲ ਹੈ ਨਾ ਆਪਾਂ ਉਦੋਂ ਘਰੇ ਆ ਗਏ ਹੈ ਨਾ ਘਰੇ ਆ ਕੇ ਰੋਜ਼ੇ ਟਾਈਮ ਉੱਠ ਕੇ ਇਫਤਾਰੀ ਕਰਕੇ ਵਧੀਆ ਖਾਣਾ ਪਾਣੀ ਖਾ ਪੀ ਕੇ
ਤੇ ਆ ਨਾਰੀਅਲ ਲੈ ਕੇ ਆਂਦੇ ਸੀ ਚੱਕ ਦੇ ਕੱਲਿਆ ਓਏ ਹੋਏ 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 ਕੀ ਬਾਤ ਹੈ ਕੋਪਾ ਕੱਢਿਆ ਪੂਰਾ ਆ ਲਾ ਲਾ ਤੇਲ ਕੱਢ ਬੜਾ ਕਾਰੀਗਰ ਆ ਬੜਾ ਕਾਰੀਗਰ ਆ ਇਹਨੂੰ ਆਪਾਂ ਬਿਜ਼ਨਸ ਖੋਲ ਕੇ ਦਵਾਂਗੇ ਸਾਰਾ ਚੀਜ਼ ਦਾ ਇਹ ਲਾ ਲਾ आखरी गल कह सकते आखरी है नी फिर आ गए आप हम रात हो गई अगर कोई प्रोग्राम बनया तो चले जावे बहर नहीं तो फिर अस इतें बैठे हाँ एंड करा फिर चंगी तरह समझ गए कोई गल नहीं ये तो हम नहीं आता ਅਤੇ ਆਪਾਂ ਦੇਖਦੇ ਹਾਂ ਫਿਰ ਕਰੀ ਓਕੇ ਬਾਏ ਟਾਟਾਸ ਇਹ ਵਲੋਗ ਅਸੀਂ ਅਪਲੋਡ ਕਰ ਦਾਂਗੇ ਦੋਸਤੋ ਮਿੱਤਰੋ ਭਰਾਵੋ ਅਤੇ ਦੇਖ ਲਓ ਯਾਰ ਲਾਈਕ ਕਰ ਦਿਓ ਥੋੜ੍ਹਾ ਜਿਹਾ ਬਸ ਹੋਰ ਤਾਂ ਕੁਛ ਨਹੀਂ ਬਾਏ ਬਾਏ।